ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ? ਲਓ ਜੀ, ਉੱਠ ਕੇ ਅਤੇ ਆਪਾਂ ਚਾਲੇ ਪਾ ਤੇ ਅੱਜ। ਪਹਿਲਾਂ ਮੈਂ ਕਿਹਾ ਆਪਾਂ ਹੁਣ ਪਾਣੀ ਪੂਣੀ ਡਾਹ ਦਈਏ ਅਤੇ ਫਿਰ ਆਪਾਂ ਜਾਣਾ ਅੱਜ ਕੰਮ ਆ ਇੱਕ। ਅਤੇ ਪਹਿਲਾਂ ਮਾਤਾ ਨੂੰ ਛੱਡਣਾ ਗੁਰੂ ਘਰ ਹੁਣ, ਅਤੇ ਫਿਰ ਗੁਰੂ ਘਰ ਉਹ ਮਾਤਾ ਨੂੰ ਛੱਡ ਕੇ ਅਤੇ ਫਿਰ ਮੈਂ ਇੱਥੋਂ, ਮੈਂ ਕਿਹਾ ਭੰਵਰਿਆ ਸਾਹਿਬ ਤੋਂ ਪੀਂਦੇ ਹਾਂ ਲੱਸੀ। ਲੱਸੀ ਪੀ ਕੇ ਚੱਲ ਲੈ ਵੀ ਖੇਰਾ ਬਈ। ਅੱਜ ਅਸੀਂ ਜਾ ਰਹੇ ਹਾਂ ਸੀਮੈਂਟ ਦੇ ਪੈਪ ਲੈਣ, ਆੜ ਦੇ ਵਿੱਚ ਦੱਬਣੇ ਆ, ਹੈ ਨਾ? ਅਤੇ ਆਹ ਬਣ ਰਿਹਾ ਪੁਲ, ਵੀ ਇਹ ਵੀ ਸਿੱਧੇ ਰੋਡ ਕੱਢ ਦੇਣੇ ਇਹਨਾਂ ਨੇ ਸਿੱਧੇ, ਅਤੇ ਆਹ ਕਰੋ ਜੀ ਜੋਗੀ ਪੀਰ ਗੁਰੂ ਘਰ ਦੇ ਦਰਸ਼ਨ, ਅਤੇ ਆਹ ਗੇਟ ਜਾਂਦਾ ਮੇਰੇ ਮਾਮਿਆਂ ਦੇ ਸਹੁਰਿਆਂ ਨੂੰ, ਕਲਾਰਾ ਪਿੰਡ ਨੂੰ। ਅਤੇ ਲਓ ਜੀ ਅਸੀਂ ਪਹੁੰਚ ਚੁੱਕੇ, ਬਾਬੇ ਸੀਚੀ ਵਾਲੀਏ ਨੇ, ਸੰਤ ਬਲਵੀਰ ਸਿੰਘ ਜੀ ਨੇ ਉਹਨਾਂ ਦੇ ਬਣਾਇਆ ਹੋਇਆ ਆ ਫੈਕਟਰੀ, ਪੈਪ ਪੂਪ ਬਣਾਉਂਦੇ ਦਾ ਸਾਰਾ ਸਮਾਨ ਇੱਥੇ ਬਣਦਾ ਆ। ਲੈ ਵੀ ਮੈਂ ਤੇਰਾ ਪਰਚੀ ਦੇ ਦਿੱਤੀ ਹੈ, ਆਪਾਂ ਹੁਣ ਜਾ ਕੇ ਦਿਖਾ ਦੇਣੀ ਹੈ। ਉਹ ਆਪਾਂ ਨੂੰ ਤੁਹਾਨੂੰ ਫੈਕਟਰੀ ਦੀ ਵੀ ਸੈਰ ਕਰਾਉਣੀ, ਇੱਥੇ ਸਾਰੇ ਰਿੰਗ ਰੁੰਗ ਕੜੇ ਕੁੜੇ ਇੱਥੇ ਬਣਦੇ ਆ, ਇੱਦਾਂ ਬਣਾਉਂਦੇ ਆ ਪੈਪ ਇਹ ਸੀਮਿੰਟ ਦੇ ਜਿਹੜੇ, ਹੈ ਨਾ? ਆ ਇਹਨਾਂ ਦੇ ਵਿੱਚ ਬਣਾਉਂਦੇ ਆ ਅਤੇ ਢਾਂਚਾ ਤਿਆਰ ਕਰਦੇ ਆ, ਅਤੇ ਆਹ ਦੇਖੋ ਇਹਦੇ ਵਿੱਚ ਬਜਰੀ ਬੁਜਰੀ ਪਾਉਂਦੇ ਆ, ਐਨ ਪ੍ਰੋਪਰ ਸ਼ੇਪ ਦੇ ਵਿੱਚ ਬਣਦੇ ਆ। ਅਤੇ ਲਓ ਜੀ ਇਹ ਦਿਖੇ ਕੇ, ਅਤੇ ਹੁਣ ਆਪਾਂ ਆ ਗਏ ਇੱਧਰ, ਅਤੇ ਹੁਣ ਇੱਧਰੋਂ ਇਹ ਗੱਡੀ ਬੈਗ ਲਾ ਕੇ ਅਤੇ ਲੋਡ ਕਰਨੇ ਵਿੱਚ ਪੈਪ ਆਪਾਂ ਸੀਮਿੰਟ ਵਾਲੇ, ਹੈ ਨਾ? ਲਓ ਵੇਟ ਕਰਦੇ ਕਿੰਨੇ ਚਿਰ ਦੀ, ਬਾਈ ਆ ਜਾਓ। ਹੁਣ ਆਏ ਆ ਉਸਤਾਦ, ਹੁਣ ਆਪਣੇ ਹੋਰ ਵੀ ਕੰਮ ਕਰਦੇ ਸੀਗੇ, ਕਹਿੰਦਾ ਉਸਤਾਦ ਸਾਨੂੰ ਅੱਜ ਬੰਦੇ ਦੂਜੇ ਆਏ ਨਹੀਂ, ਸਾਨੂੰ ਇੱਧਰ ਇਹ ਸਰੀਆ ਜਿਹਦਾ ਜਾਲ ਬੰਨਦੇ ਜਦੋਂ ਪੈਪ ਬਣਾਉਣਾ ਹੁੰਦਾ, ਉਹਦੇ ਵਿੱਚ ਜਿਹੜਾ ਨਾ ਸਰੀਆ ਪੈਂਦਾ ਉਹਦਾ ਜਾਲ ਬੰਨਦੇ ਸੀ ਬਾਈ, ਉੱਧਰੋਂ ਕੰਮ ਛੱਡ ਕੇ ਸਾਡੇ ਨਾਲ ਇੱਧਰ ਕਰਾਉਣ ਆਏ ਆ। ਕਹਿੰਦੇ ਵੀ ਅਸੀਂ ਕਰਦੇ ਹਾਂ, ਕੋਈ ਚੱਕਰ ਨਹੀਂ, ਟੈਨਸ਼ਨ ਵਾਲਾ ਉਦੋਂ। ਅਤੇ ਬਾਈ ਹੁਣਾਂ ਨੇ ਬੜੇ ਵਧੀਆ ਤਰੀਕੇ, ਕਿਉਂਕਿ ਢੰਗ ਵੀ ਆ ਨਾ, ਕਿਤੇ ਅਸੀਂ ਸਾਡੇ ਵਰਗਿਆਂ ਨੇ ਤਾਂ ਲੋਡਿੰਗ ਕਰਨ ਲੱਗਿਆਂ ਨੇ ਭੋਰ ਲੈਣਾ ਸੀ ਮੋਰੇ, ਉਹਨਾਂ ਸਾਈਡਾਂ ਤੋਂ ਪੈਪ। ਅਤੇ ਬਾਈ ਹੁਣਾਂ ਨੇ ਐਨ ਤਰੀਕੇ ਦੇ ਨਾਲ ਰੱਖ ਦਿੱਤੇ, ਕਹਿ ਕਹਿੰਦਾ ਕੜੇ ਵੀ ਚੱਕੋ ਜੀ, ਅਤੇ ਜੇ ਇਕੱਠੇ ਤੁਸੀਂ ਇੱਕ ਥਾਂ ਲਾਉਣੇ ਤਾਂ ਤੁਹਾਨੂੰ ਕੜਿਆਂ ਦੀ ਲੋੜ ਪੈਣੀ। ਲਾ ਵੀ ਮੋਟਰ ਮਿੱਤਰਾਂ ਦੀ, ਮੋਟਰ ਨਹੀਂ ਛੋਟਾ ਹਾਥੀ, ਪਹੁੰਚ ਗਿਆ ਪਿੰਡ। ਅਤੇ ਹੁਣ ਬਾਈ ਨੂੰ ਮੈਂ ਕਿਹਾ ਤੂੰ ਮੇਰੇ ਨਾਲ ਲਹਾ ਕੇ ਜਾ, ਇੱਕ ਪੈਪ ਥੋੜ੍ਹਾ ਪਿੱਛੇ ਲਾਤਾ ਸੀਗਾ ਅਤੇ ਬਾਕੀ ਪੈਪ ਇੱਥੇ ਲਾ ਦੇਣੀ ਆਪਾਂ, ਹੈ ਨਾ? ਅਤੇ ਇਹ ਵੀ ਢੰਗ ਨਾਲ ਲਾਉਣੇ ਪੈਣੇ, ਹੋਰ ਨਾ ਅਸੀਂ ਉੱਤੋਂ ਲਾਉਣ ਲੱਗੇ ਭੋਰ ਲਈਏ ਇਹਨਾਂ ਨੂੰ ਮੋਰਿਓ, ਕਾਂਕਰਾਂ ਕੂੰਕਰਾਂ ਦੀਆਂ ਮੋਰਿਓ ਲਾ ਲਈਏ, ਭਾਰੇ ਆ ਪੈਪ ਚੰਗੇ, ਹੈ ਨਾ? ਅਤੇ ਤਾਂ ਹੀ ਲਾਏ ਵੀ ਇਹਦੀ ਮੌਜ ਬੜੀ ਹੈ ਕਿ ਅੱਗੇ ਵੀ ਅਸੀਂ ਦੋ ਤਿੰਨ ਲਾਏ ਸੀਗੇ, ਅਤੇ ਉੱਪਰ ਇੱਕ ਤਾਂ ਰਾਹ ਚੌੜਾ ਹੋ ਜੂਗਾ, ਇੱਕ ਨਾ ਇੱਟਾਂ ਵਾਲਾ ਰਾਹ ਜਿਹੜਾ ਸਾਈਡਾਂ ਨੂੰ ਬਹਿੰਦਾ ਜਾਂਦਾ ਉਹਦਾ ਵੀ ਬਚਾਅ ਹੋ ਜੂਗਾ। ਇਹ ਤਾਂ ਅੱਗੇ ਸਰਕਾਰੀ ਰਾਹ ਆ ਅਤੇ ਮੁੜ ਕੇ ਬਣਦੇ ਬੜੇ ਔਖੇ ਆ, ਇਹਦੇ ਬਾਅਦ 'ਚ ਹੋਰ ਗੇੜਾ ਲਾਉਣਾ। ਘਰ ਇਹ ਸਮਾਨ ਲਾ ਕੇ ਅਤੇ ਆਪਾਂ ਆ ਗਏ ਹੁਣ ਕਪੂਰਥਲੇ ਜੋਤ ਨੂੰ ਲੈਣ, ਅਤੇ ਹੁਣ ਜੋਤ ਦੇ ਨਾਲ ਪਾਉਣੇ ਚਾਲੇ, ਇੱਥੇ ਥੋੜ੍ਹਾ ਸਮਾਨ ਸਮੂਨ ਲੈਣਾ। ਅਤੇ ਆਹ ਲਓ ਜੀ MGN ਸਕੂਲ, ਇਹ ਵੀ ਬੜਾ ਮਸ਼ਹੂਰ ਸਕੂਲ ਆ ਕਪੂਰਥਲੇ ਦਾ। ਅਤੇ ਫਿਰ ਉਦੋਂ ਬਾਅਦ ਅਸੀਂ ਕਿਹਾ ਪਹਿਲਾਂ ਪੇਟ ਪੂਜਾ ਕਰ ਲਈਏ, ਬਾਕੀ ਕੰਮ ਬਾਅਦ 'ਚ ਕਰਦੇ ਹਾਂ। ਅਤੇ ਲਓ ਜੀ ਫਿਰ ਕੰਮ ਛੇਤੀ ਖਤਮ ਕਰਕੇ ਅਤੇ ਲਾਹ ਕੇ ਜੋਤ ਨੂੰ ਘਰੇ, ਅਤੇ ਫਿਰ ਆ ਗਿਆ ਘਰੇ। ਘਰੇ ਖੇਡਿਆ ਆਪਾਂ ਜੁਗਨੂੰ ਦੇ ਨਾਲ ਮਾੜਾ ਮੋਟਾ, ਅਤੇ ਜਿੱਥੇ ਬਾਅਦ ਦੇ ਵਿੱਚ ਪੈਪ ਗੱਡਿਆ ਸੀਗਾ ਅਤੇ ਉਹਦੇ ਉੱਤੇ ਮੈਂ ਕਿਹਾ ਮਿੱਟੀ ਪਾ ਦਈਏ, ਅਤੇ ਜਿੱਥੋਂ ਜਿੱਥੋਂ ਥਾਂ ਉੱਚਾ ਸੀਗਾ ਉੱਥੋਂ ਮੈਂ ਮਿੱਟੀ ਪੈਪ ਦੇ ਉੱਤੇ ਸਿੱਟੀ। ਅਤੇ ਲਓ ਜੀ ਇਹਦੇ ਨਾਲ ਇੱਕ ਤਾਂ ਰਾਹ ਦਾ ਬਚਾਅ ਹੋ ਜਾਣਾ ਆ, ਅਤੇ ਇੱਕ ਉੱਪਰ ਦੀ ਲਾਂਘਾ ਵਧੀਆ ਨਿਕਲ ਜੂ, ਹੈ ਨਾ? ਪਸ਼ੂਆਂ ਦਾ ਵੀ ਡਰ ਹੀ ਰਹਿੰਦਾ ਇਹਦੇ ਆੜ ਦੇ ਵਿੱਚ ਦੀ ਨਿਗਾਉਣ ਲੱਗੇ, ਹੈ ਨਾ? ਪੈਰ ਉੱਚੇ ਨੇ, ਮੈਂ ਪਸ਼ੂ ਦਾ ਜ਼ਿਆਦਾ ਡਰ ਰਹਿੰਦਾ ਆ, ਅਤੇ ਮੌਜ ਹੋ ਜੂ ਨਾਲੇ ਇਹਦੀ, ਖੇਚਲ ਤਾਂ ਹੁੰਦੀ ਆ। ਅਤੇ ਚੱਲ ਕੋਈ ਨਹੀਂ, ਕੰਮ ਵੀ ਤਾਂ ਕਰਨਾ ਹੀ ਆ। ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ, ਚਲੋ ਮਿਲਦੇ ਹਾਂ ਜੀ ਆਪਾਂ ਅਗਲੇ ਵਲੋਗ ਦੇ ਵਿੱਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਨੂੰ ਰੱਬ ਰੱਖਾ।